ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੇਐਸ ਸਟਡੀ ਪੁਆਇੰਟ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬੀ 2 ਦਾ ਪੇਪਰ 10ਵੀਂ ਜਮਾਤ ਵਾਲਿਆਂ ਦਾ ਜੋ ਕਿ ਫੁੱਲੀ ਸੌਲਡਰ ਪੇਪਰ ਹੋਣ ਵਾਲਾ ਹੈ ਤਾਂ ਅਰਗੇ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਤਾਂ ਹੀ ਤੁਹਾਨੂੰ ਪੂਰੀ ਤਰ੍ਹਾਂ ਪੇਪਰ ਜਿਹੜਾ ਚੰਗੀ ਤਰ੍ਹਾਂ ਸਮਝ ਆ ਜਾਵੇਗਾ ਹਾਂਜੀ ਦੋਸਤੋ ਇਹ ਸੈਂਪਲ ਪੇਪਰ ਹੋਣ ਵਾਲਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਇਹ ਪੇਪਰ ਦੇ ਵਿੱਚ ਆ ਸਕਦੇ ਹਨ ਇਹ ਜਿਵੇਂ ਕਿ ਪਹਿਲਾ ਪ੍ਰਸ਼ਨ ਆਜੂਗਾ ਇਹਦਾ 5 ਰਾਈਟਿੰਗ ਦੇ ਅੰਕ ਮਿਲ ਜਾਣਗੇ ਤੇ ਪਹਿਲਾ ਪ੍ਰਸ਼ਨ ਆਜੂਗਾ ਕਿਹੜੀ ਚੀਜ਼ ਨੂੰ ਪਾਸਾ ਦਾ ਪਹਿਰਾਵਾ ਕਿਹਾ ਜਾਂਦਾ ਹੈ ਹਾਂਜੀ ਕਿਹੜੀ ਚੀਜ਼ ਹੁੰਦੀ ਹੈ ਦੋਸਤੋ ਲਿਪੀ ਹਾਂਜੀ ਇਹ ਲਿਪੀ ਹੁੰਦੀ ਹੈ ਤੇ ਅੱਗੇ ਆ ਜੂ ਦੂਸਰਾ ਕੁਐਸਚਨ ਅੰਨੇਪੁਰਖ ਦੀ ਇੱਕ ਉਦਾਹਰਨ ਦਿਓ ਹਾਂਜੀ ਅੰਨੇਪੁਰਖ ਉਹਨ ਦਿਨ ਜਿਹੜੀ ਉਹ ਉਹਨਾਂ ਜਾਣੀ ਕਿ ਇਹ ਉਦਾਹਰਨ ਆ ਜਾਣੀ ਹੈ ਤੁਹਾਡੀਆਂ ਅੱਗੇ ਤੀਜਾ ਆ ਜੂ ਸਾਡੇ ਸਵਿਧਾਨ ਅਨੁਸਾਰ ਭਾਰਤ ਵਿੱਚ ਪ੍ਰਵਾਨਿਤ ਭਾਸ਼ਾਵਾਂ ਕਿੰਨੀਆਂ ਹਨ ਹਾਂਜੀ ਉੱਤਰ ਆ ਜੂ ਆ 22 ਅੱਗੇ ਆ ਜੂ ਪਟਨਾਪ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਦੋਸਤੋ 6 ਅੱਗੇ ਆ ਜੂ ਪੰਜਾਬੀ ਭਾਸ਼ਾ ਨੂੰ ਲਿਖਣ ਦੀ ਕਿਹੜੀ ਲਿਪੀ ਟੁਕਮੀ ਹੈ हां जी गुरमुखी लिपि ਵਰਤੀ ਜਾਂਦੀ ਹੈ ਪਿਆਬੀ ਭਾਸ਼ਾ ਨੂੰ ਲਿਖਣ ਦੇ ਲਈ ਅੱਗੇ ਆ ਜੂਆ ਕਿ ਕਿਰਿਆ ਸਬਦਾਂ ਦੀ ਵੰਡ ਕਿੰਨੀ ਤਰ੍ਹਾਂ ਕੀਤੀ ਜਾ ਸਕਦੀ ਹੈ हां जी ਉੱਤਰ ਆ ਜੀ ਦੋਸਤੋ ਚਾਰ ਜੋਜਕਾਂ ਦੀ ਵੰਡ ਕਿਸ ਰੂਪ ਵਿੱਚ ਕੀਤੀ ਜਾਂਦੀ ਹੈ ਉੱਤਰ ਆ ਜੀ ਦੋਸਤੋ ਕਾਰਜ ਅਤੇ ਬਣਤਰ ਦੇ ਰੂਪ ਵਿੱਚ हां जी ਅੱਗੇ ਆ ਜੂਆ ਵਚਨ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਦੋ ਆ ਜੂਆ ਤੁਹਾਡਾ ਆਨਸਰ ਪੰਜਾਬੀ ਭਾਸ਼ਾ ਦੀ ਧੁਨੀਆਂ ਨੂੰ ਮੁੱਖ ਰੂਪ ਵਿੱਚ ਕਿੰਨੇ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ ਉੱਤਰ ਆ ਜੀ ਦੋਸਤੋ ਦੋ ਵਰਗਾਂ ਵਿੱਚ ਕਿਰਿਆ ਵਿਸ਼ੇਸ਼ਣ ਕਿੰਨੀ ਤਰ੍ਹਾਂ ਦੇ ਹੁੰਦੇ ਹਨ 8 ਤਰ੍ਹਾਂ ਦੇ ਆ ਜਾਨੀ ਕਿ ਤੁਹਾਡਾ ਆਨਸਰ ਹੈ ਅੱਗੇ ਜੋ ਹੇਠ ਲਿਖੇ ਕਿਸੇ ਕਿਸੇ ਇੱਕ ਵਿਸ਼ੇ ਤੇ ਲਗਭਗ 400 ਸਦਾਂ ਵਿੱਚ ਇੱਕ ਲੇਖ ਲਿਖਣਾ ਦੋਸਤੋ ਇਹ ਤੁਹਾਨੂੰ ਪੰਜ ਲੇਖ ਦਿੱਤੇ ਹੋਣਗੇ ਜਿਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਨਪੜਤਾ ਦੀ ਸਮੱਸਿਆ ਦੀਵਾਲੀ ਕੇਵਲ ਟੀਵੀ 12 ਜਾਂ ਸਰਾਪ ਮਹਿੰਗਾਈ ਦੀ ਸਮੱਸਿਆ ਹਾਂਜੀ ਜਿਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੈ ਆ ਰਿਹਾ ਪੈਰਾ ਜੋ ਕਿ ਇਸ ਤਰ੍ਹਾਂ ਹੋ ਜੂਗਾ ਦੋਸਤੋ ਇਹ ਪਹਿਲਾਂ ਦੇਖ ਸਕਦੇ ਹੋ ਭਾਈ ਗੁਰਦਾਸ ਸਿੰਘ ਜੀ ਕਹਿੰਦੇ ਹਨ ਜਿਵੇਂ ਕਿ ਇਹ 17 ਸਤਿਗੁਰ ਨਾਨਕਾ ਪ੍ਰਗਟਿਆ ਮਿੱਟੀ ਤੋਂ ਹੰਦ ਜਗ ਚਾਨਣ ਹੋਇਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰੇ ਭਲੋਇਆ ਹਾਂਜੀ ਇਸ ਤਰ੍ਹਾਂ ਜੋ ਕਿ ਭਾਈ ਗੁਰਦਾਸ ਜੀ ਨੇ ਲਾਈਨਾਂ ਲਿਖਿਆ ਨਾ ਪਹਿਲਾ ਦੋਸਤੋ ਆਜੂ ਤੁਹਾਡਾ ਸਿੱਖ ਧਰਮ ਦੇ ਬਾਣੀ ਹਾਂਜੀ ਗੁਰੂ ਨਾਨਕ ਦੇਵ ਜੀ ਦਾ ਪੈਰਾ ਹੈ ਜੋ ਕਿ ਲੇਖ ਹੈ ਤੁਹਾਡਾ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਬਾਣੀਆਂ ਤੇ ਸਿੱਖਾਂ ਦੇ ਪਹਿਲੇ ਗੁਰ ਸਨ ਆਪ ਦਾ ਪੰਜਾਬ ਆਪ ਦਾ ਪੰਜਾਬ ਦੇ ਇਤਿਹਾਸਿਕ ਸਮਾਜਿਕ ਤੇ ਧਾਰਮਿਕ ਖੇਤਰ ਵਿੱਚ ਵਿਸ਼ੇਸ਼ ਤੇ ਮਹੱਤਵਪੂਰਨ ਸਥਾਨ ਹੈ ਭਾਰਤ ਦੀ ਤਰਸਯੋਗ ਹਾਲਤ ਜਿਸ ਸਮੇਂ ਗੁਰੂ ਨਾਨਕ ਦੇਵ ਜੀ ਨੇ 15ਵੀਂ ਸਦੀ ਵਿੱਚ ਅਵਤਾਰ ਧਾਰਿਆ ਉਸ ਸਮੇਂ ਭਾਰਤ ਦੀ ਸਮਾਜਿਕ ਧਾਰਮਿਕ ਰਾਜਨੀਤਿਕ ਤੇ ਆਰਥਿਕ ਹਾਲਤ ਬਹੁਤ ਹੀ ਤਰਸਯੋਗ ਤੇ ਦਰਦਨਾਕ ਸੀ ਸੱਚ ਅਤੇ ਧਰਮ ਕਰਮ ਖੰਭ ਲਾ ਕੇ ਉਡ ਪੁੜ ਗਏ ਸੁਧਾਰਨ ਜਨਤਾ ਅਗਿਆਨਤਾ ਦੀ ਜਲਨ ਵਿੱਚ ਫਸੀ ਹੋਈ ਕੁਰਲਾ ਕਰ ਰਹੀ ਸੀ ਉਲਟੀ ਵਾਰ ਖੇਤ ਕੋ ਖਾਈ ਦੇ ਅਨੁਸਾਰ ਆਜ ਦੀ ਜਨਤਾ ਰੂਪ ਖੇਤ ਖੇਤ ਦੀ ਲੁੱਟ ਖਸੂਟ ਕਰ ਰਹੇ ਸਨ ਸਮਾਜ ਫੋਕਿਆਂ ਦੇ ਘੁਣ ਖਾਧੀਆਂ ਰਹੂਗੀ ਤਾਂ ਤਾਂ ਸ਼ਿਕਾਰ ਹੋ ਚੁੱਕਾ ਸੀ ਧਾਰਮੀ ਖੇਤਰ ਵਿੱਚ ਪਖੰਡੀ ਸਾਧੂਆਂ ਦਾ ਅੰਧਵਿਸ਼ਵਾਸ ਤੇ ਫੋਕਟ ਕਰਮकांड ਦਾ ਬੋਲ ਵਾਲਾ ਸੀ ਸਮਾਜਿਕ ਖੇਤਰ ਵਿੱਚ ਛੂਤ-ਛਾਤ ਦੀ ਜ਼ਹਿਰ ਭਾਰਤੀਆਂ ਦੀ ਰਗ ਰਗ ਵਿੱਚ ਫੈਲ ਚੁੱਕੀ ਸੀ ਅਜੇ ਇਸ ਸਮੇਂ ਧਰਤੀ ਦੀ ਚੀਖ ਪ੍ਰਕਾਰ ਪੁਕਾਰ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ ਜਿਸ ਬਾਰੇ ਭਾਈ ਗੁਰਦਾਸ ਜੀ ਇੰਜ ਲਿਖਦੇ ਹਨ ਸੁਣੀ ਪ੍ਰਕਾਰ ਦਾ ਦਤਾਰ ਪ੍ਰਭ ਗੁਰੂ ਨਾਨਕ ਜਗਮਾ ਪਠਾਇਆ ਹਾਂਜੀ ਅੱਗੇ ਆਇਓ ਜਨਮ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 April 1929 ਨੂੰ ਰਾਏਪੋਈ ਦੀ ਤਲਵੰਡੀ ਜੋ ਕਿ ਅੱਜ ਕੱਲ ਨਨਕਾਣਾ ਸਾਹਿਬ ਵਿੱਚ ਇਹ ਹੁੰਦੀ ਹੈ ਵਿੱਚ ਪਿਤਾ ਮਹਤਾ ਕਾਲੂ ਜੀ ਦੇ ਘਰ ਮਾਤਾ ਤਿਰਪਦਾ ਜੀ ਦੀ ਪਵਿੱਤਰ ਕੁੱਖੋਂ ਵਿੱਚ ਹੋਇਆ ਡਾਕਟਰ ਕਿਰਪਾਲ ਸਿੰਘ ਨਾਰੰਗ ਅਨੁਸਾਰ ਗੁਰੂ ਨਾਨਕ ਦੇਵ ਜੀ ਆਪਣੇ ਘਰ ਕਰ ਪੈਦਾ ਹੋਏ ਜਿਸ ਕਰਕੇ ਆਪ ਨੂੰ ਨਾਨਕ ਆਖਿਆ ਜਾਣ ਲੱਗਾ ਆਪ ਦਾ ਜਨਮ ਦਿਨ ਕਤਕ ਦੀ ਪੂਰਨਵਾਰਸੀ ਨੂੰ ਮਨਾਇਆ ਜਾਂਦਾ ਹੈ ਵਿਦਿਆ ਪ੍ਰਾਪਤੀ 7 ਸਾਲ ਦੀ ਉਮਰ ਵਿੱਚ ਆਪ ਨੂੰ पाठशाला ਵਿੱਚ ਗੋਪਾਲ ਦਾਸ ਪੰਡਿਤ ਕੋਲ ਭੇਜਿਆ ਗਿਆ ਆਪਨੇ ਆਪਣੇ ਉੱਚੇ ਅਧਿਆਤਮਕ ਵਿਚਾਰਾਂ ਨਾਲ ਪੰਡਿਤ ਨੂੰ ਬਹੁਤ ਹੈਰਾਨ ਕਰ ਦਿੱਤਾ ਫਿਰ ਆਪਨੇ ਮੋਲਵੀ ਕੁਰਦীন ਕੋਲ ਅਰਬੀ ਤੇ ਫਾਰਸੀ ਪਾਸਾ ਪੜੀ ਸੱਚਾ ਸੌਦਾ ਆਪ ਦੇ ਪਿਤਾ ਮੈ ਤਾਂ ਕਲੂ ਨੇ ਆਪ ਨੂੰ 20 ਰੁਪਏ ਦੇ ਕੇ ਕੋਈ ਲਾਭ ਵਾਲਾ ਸੱਚਾ ਸੌਦਾ ਖਰੀਦਣ ਲਈ ਭੇਜਿਆ ਪਰ ਆਪਨੇ ਉਹਨਾਂ ਨੂੰ 20 ਰੁਪਏ ਨੂੰ ਕ੍ਰਿਪਾ ਜਾਂ ਦਾ ਰਸਤੇ ਪਾਣੀ ਖਰੀਦ ਕੇ ਭੁੱਖੇ ਸਾਧੂ ਨੂੰ ਚੁਕਾ ਦਿੱਤਾ ਤੇ ਆਪ ਖਾਲੀ ਹੱਥ ਬਾਅਸ ਪਰਤ ਆਏ ਜਿਸ ਕਰਕੇ ਆਪ ਦੇ ਪਿਤਾ ਜੀ ਨੇ ਆਪ ਨੂੰ ਬਹੁਤ ਗੁੱਸੇ ਹੋਏ ਮੋਦੀ ਖਾਨੇ ਦੀ ਨੌਕਰੀ ਤੇ ਵਿਆਹ ਗੁਰੂ ਨਾਨਕ ਦੇਵ ਜੀ ਦੀ ਭੈਣ ਬੀਬੀ ਨਾਨਕੀ ਆਪ ਨੂੰ ਸੁਲਤਾਨਪੁਰ ਲੈ ਗਈ ਆਪ ਦੇ ਜਿੱਜੇ ਜੈ RAM ਦੀ ਕਿਰਪਾ ਨਾਲ ਗੁਰੂ ਜੀ ਨੂੰ 1480 ਇਸੇ ਵਿੱਚ ਨਵਾਬ ਦੇ ਮੋਦੀ ਖਾਨੇ ਵਿੱਚ ਰਾਸ਼ਨ ਤੋਲਣ ਦੀ ਨੌਕਰੀ ਮਿਲ ਗਈ ਸੁਲਤਾਨਪੁਰ ਰਹਿੰਦੇ ਹੋਏ 1487 ਈਸਵੀ ਵਿਚ ਆਪ ਦਾ ਵਿਆਹ ਬੀਬੀ ਸੁਲੱਖਣੀ ਨਾਲ ਕਰ ਦਿੱਤਾ ਗਿਆ ਆਪ ਦੇ ਘਰ ਦੋ ਲੜਕੇ ਸ੍ਰੀ ਚੰਦਰ ਤੇ ਲਖਮੀਦਾਸ ਪੈਦਾ ਹੋਏ ਗਿਆਨ ਗਿਆਨ ਪ੍ਰਾਪਤੀ ਸੁਲਤਾਨ ਵਿੱਚ ਰਹਿੰਦੇ ਹੋਏ ਇੱਕ ਇੱਕ ਦਿਨ ਆਪ ਵੇਈ ਨਦੀ ਦੇ ਵੇਈ ਨਦੀ ਵਿੱਚ ਇਸ਼ਨਾਨ ਕਰਨ ਗਏ ਤੇ ਤਿੰਨ ਦਿਨਾਂ ਤੱਕ ਘਾਲੋਪ ਰਹੇ ਇਸ ਸਮੇਂ ਆਪ ਨੂੰ ਨਿਰੰਕਾਰ ਵੱਲੋਂ ਸੰਸਾਰ ਦਾ ਕਲਿਆਣ ਕਰਨ ਲਈ ਉਦਾਸੀਆਂ ਕਰਨ ਦਾ ਸੰਦੇਸ਼ ਪ੍ਰਾਪਤ ਹੋਇਆ ਜੋ ਮੂਸਾ ਕੋਤੂਰ ਅਤੇ ਬੁੱਧ ਨੂੰ ਗਿਆ ਤੋ ਪ੍ਰਾਪਤ ਹੋਇਆ ਆਪ ਤੀਸਰੇ ਦਿਨ ਬਈ ਵਿੱਚੋਂ ਬਾਹਰ ਆ ਗਏ ਤੇ ਉੱਚ-ਉੱਚ ਆਖਣ ਲੱਗ ਪਏ ਨਾ ਕੋ ਹਿੰਦੂ ਨਾ ਕੋ ਮੁਸਲਮਾਨ ਚਾਰ ਉਦਾਸੀਆਂ 1497 ਇਸ ਵਿੱਚ ਗੁਰੂ ਜੀ ਨੇ ਘਰ ਬਾਹਰ ਤਿਆਗ ਦਿੱਤਾ ਚੋਹਾਂ ਦਿਸ਼ਾਵਾਂ ਵਿੱਚ ਚਾਰ ਉਦਾਸੀਆਂ ਕੀਤੀਆਂ ਇਸ ਬਾਰੇ ਭਾਈ ਗੁਰਦਾਸ ਜੀ ਇੰਜ ਫਰਮਾਉਂਦੇ ਹਨ ਆਪ ਮਕੇ ਅਤੇ ਬਗਦਾਦ ਤੱਕ ਗਏ ਆਪਨੇ ਮਲਕ ਭਾਗੋਜ ਜਿਹੇ ਹੰਕਾਰੀਆਂ ਦਾ ਹੰਕਾਰ ਤੋੜੇ ਸੱਜਣ ਜਿਹੇ ਠੱਗਾ ਕੋੜੇ ਜਿਹੇ ਰਾਖਸਾਂ ਦਾ ਉਦਾਰ ਕੀਤਾ ਤੇ ਵਾਲੀ ਕੰਧਾਰੀ ਵਰਗੀਆਂ ਹੰਕਾਰੀਆਂ ਦਾ ਮਾਨ ਤੋੜਿਆ ਉਪਦੇਸ਼ ਆ ਜੀਓ ਦੋਸਤੋ ਇਸ ਤਰ੍ਹਾਂ ਜਿਉ ਤੁਹਾਡਾ ਗੁਰੂ ਜੀ ਅਨਸਾਰ ਅਸੀਂ ਸਾਰੇ ਇੱਕ ਪਿਤਾ ਦੇ ਬੱਚੇ ਹਾਂ ਇੱਕ ਪਿਤਾ ਏਕਮ ਐਕਸ ਕੇ ਹੰਬਾਰੀ ਕਾ ਉਸ ਸ੍ਰਿਸ਼ਟੀ ਦੇ ਕਣ-ਕਣ ਵਿੱਚ ਵਸਦਾ ਹੈ ਆਪਨੇ ਸਰਬ ਸਾਂਝੇ ਰਬ ਦਾ ਬਾੜ ਪੜਾਇਆ ਇੱਕੋ ਮਿਸਰੋ ਵਿੱਕੋ ਸਿਮਰੋ ਨਾਨਕ ਜੋ ਜਲ ਥਲ ਰਹੇ ਸਮਾਏ ਦੂਜਾ ਕਹੇ ਸਿਮਰੇ ਜੋ ਜਨਮ ਤੇ ਮਰ ਜਾਏ ਆਪਨੇ ਇਸਤਰੀਆਂ ਦੀ ਰਾਜ ਰਾਜਿਆਂ ਦੀ ਜਨਨੀ ਆਕੇ ਸਤਕਾਰਿਆ ਸੋਕਿ ਮੰਦਾ ਆਖਿਆ ਜਿੱਤੇ ਜਮੈ ਰਜਾਨ ਨੀਡਰ ਦੇਸ਼ ਭਗਤ ਗੁਰੂ ਜੀ ਨੀਡਰ ਦੇਸ਼ ਭਗਤ ਸਨ ਆਪ ਸੱਚ ਕਹਿਨੋ ਜਿਸਕੇ ਨਹੀਂ ਸਨ ਆਪਨੇ ਸਮੇ ਤੇ ਸਮੇ ਦੇ ਹਾਕਮਾਂ ਨੂੰ ਖਰੀਆਂ ਖਰੀਆਂ ਸੁਣਾਈਆਂ ਕਲਿਕਾਤੀ ਰਾਜੇ ਕਸਾਈ ਧਰਮੁ ਪਖ ਕਰੇ ਉਡਾਰਿਆ ਕੋੜਾ ਅਮਾਵਸ ਚੰਦੂ ਚੰਦਰਮਾ ਦਿ세 ਨਹੀਂ ਕੇ ਚੜਿਆ ਅੰਤਮੇ ਸਮਾ ਹਾਂਜੀ ਇਸ ਤਰ੍ਹਾਂ ਹੋਇਊਗਾ ਤੁਹਾਡਾ ਅੰਤ ਸਮਾ ਗੁਰੂ ਜੀ ਆਪਣੀ ਉਮਰ ਦੇ ਆਖਰੀ ਦਿਨਾਂ ਵਿੱਚ ਕਰਤਾਰਪੁਰ ਪਾਕਿਸਤਾਨ ਆ ਕੇ ਖੇਤੀਬਾੜੀ ਦਾ ਕੰਮ ਕਰਨ ਲੱਗ ਪਏ ਇੱਥੇ ਹੀ ਆਪ ਭਾਈ ਲੈਣਾ ਜੀ ਅਗਈ ਖੁਦ ਯਾਨੀ ਅੰਗਦ ਦਾ ਭਾਵ ਅੰਗਦੇਵ ਨੂੰ ਆਪਣੀ ਗੁਰਗਤੀ ਦਾ ਬਾਰਸ ਬਣਾ ਕੇ 7 ਦਸੰਬਰ 7 ਸਤੰਬਰ 1539 ਈਸਵੀ ਨੂੰ ਪਰਮਾਤਮਾ ਦੀ ਜੋਤੀ ਨਾਲ ਉਪੇਦ ਹੋ ਗਏ ਗੁਰੂ ਅਰਜਨ ਦੇਵ ਜੀ ਨਹੀਂ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਸਮੇਂ ਦਾ ਮਹਾਨ ਮਾਨ ਵਾਕਿਆ ਤੇ ਪਰਮਾਇਆ ਸੋ ਸਭ ਤੋਂ ਵੱਡਾ ਸਤਿਗੁਰੂ ਨਾਨਕ ਜੀ ਜਿਨ ਕਲੀ ਰਾਖੀ ਮੇਰੀ ਭਾਈ ਗੁਰਦਾਸ ਜੀ ਨੇ ਇੰਜੇ ਫਰਮਾਇਆ ਤਾਂ ਨਾਨਕ ਤੇਰੀ ਵੱਡੀ ਕਮਾਈ ਕੁਦਰਤੀ ਸੁੰਦਰਤਾ ਚਿਤਰਨਾ ਉਹਨਾਂ ਦੀ ਬਾਣੀ ਵਿੱਚ ਰੱਬ ਦੇ ਕਿਰਪਾਲੂ ਤੇ ਦਿਆਲੂ ਰੂਪ ਨੂੰ ਦਰਸਾਇਆ ਗਿਆ ਹੈ ਕੁਦਰਤ ਦੀ ਸੁੰਦਰਤਾ ਨੂੰ ਚਿਤਰਾ ਹੈ ਉਹਨਾਂ ਦੀ ਉਹਨਾਂ ਦੀਆਂ ਰਚਨਾਵਾਂ ਵਿੱਚ ਉਸ ਸਮੇਂ ਪਸਰੇ ਅਨਿਆ ਜ਼ੁਲਮ ਅਤੇ ਪਖੰਡ ਦਾ ਵਿਰੋਧ ਕੀਤਾ ਕੀਤਾ ਮਿਲਦਾ ਹੈ ਉਹਨਾਂ ਦੀ ਬਾਣੀ ਦੀਆਂ ਕਈਆਂ ਤੁਕਾਂ ਸਭ ਤੋਂ ਮੁਹਾ ਤੇ ਚੜੀਆਂ ਹੋਈਆਂ ਨੇ ਜਿਵੇਂ ਇਹ ਲਾਈਨ ਆ ਜਾਣੀਏ ਦੋਸਤੋ ਬਾਣੀ ਦੀਆਂ ਅੱਗੇ ਜੁਹਾਨ ਪੜ੍ਹਤਾ ਦੀ ਸਮੱਸਿਆ ਤੁਸੀਂ ਇਹ ਵੀ ਕਰ ਸਕਦੇ ਹੋ ਵੀਡੀਓ ਨੂੰ ਪੋਸਟ ਕਰਕੇ ਇਹਨਾਂ ਨੂੰ ਵੀ ਇਹ ਵਾਲੇ ਪੈਰਾਂ ਨੂੰ ਜਿਹੜਾ ਕੀ ਤੁਹਾਡਾ ਇਨੂੰ ਵੀ ਪੜ ਸਕਦੇ ਹੋ ਦੋਸਤੋ ਲੈ ਕਾ ਤੁਹਾਡਾ ਇਹ ਇਹ ਵਾਲਾ ਕਰ ਸਕਦੇ ਹੋ ਤੁਸੀਂ ਜੇ ਕਰਨਾ ਹੋਵੇ ਇਹ ਆਜੂ ਦੋਸਤੋ ਬੇਵੀ ਬਰੀ ਬਰੀ ਇੰਪੋਰਟ ਨੇ ਜਿਹੜੇ ਪੰਜ ਕਰਾਏ ਸੀ ਤੁਹਾਨੂੰ ਉੱਪਰ ਉਹ ਜ਼ਰੂਰ ਕਰ ਯਾਦ ਕਰ ਲੈਣਾ ਸੀ ਇਹ ਦੋ ਕਿਤੇ ਹੋਏ ਨਾ ਜਿਵੇਂ ਕਿ ਇਹ ਆਜੂਗਾ ਅੱਗੇ ਆਜੂ ਦੋਸਤੋ ਹੇਠ ਲਿਖੇ ਦੋ ਪਤਰਾ ਵਿੱਚੋਂ ਕਿਸੇ ਵਿੱਚੋਂ ਕੋਈ ਇੱਕ ਕਰੋ ਹਾਂਜੀ ਆਪਣੇ ਮੁਖ ਨੂੰ ਉਸਕੋ ਆਪਣੇ ਸਕੂਲ ਦੇ ਪ੍ਰਿੰਸੀਪਲ ਮੁਖੀ ਨੂੰ ਸਕੂਲ ਵਿੱਚ ਖੇਡਣ ਦੀਆਂ ਯੋਗਾ ਸਹੂਲਤ ਪ੍ਰਦਾਨ ਕਰਨ ਲਈ ਇੱਕ ਬਿਨੇ ਪੱਤਰ ਲਿਖੋ ਹਾਂਜੀ ਸੇਵਾ ਵਿਖੇ ਮੁੱਖ ਅਧਿਆਪਕ ਜੀ ਸਰਕਾਰੀ ਹਾਈ ਸਕੂਲ ਤੁਹਾਡਾ ਸਹਿਰ ਦਾ ਨਾਮ ਆਜੂਗਾ ਸ੍ਰੀਮਾਨ ਜੀ ਬੇਨਤੇ ਕਿ ਪਾਵੇ ਸਾਡੇ ਸਕੂਲ ਵਿੱਚ ਕਈ ਪ੍ਰਕਾਰ ਦੇ ਖੇਡਾਂ ਤਾਂ ਚੱਲੂ ਹਨ ਪਰ ਨਾ ਤਾਂ ਇਹਨਾਂ ਖੇਡਾਂ ਨੂੰ ਖਡਾਉਣ ਵਾਲੇ ਪੂਰੇ ਕੋਚ ਹੀ ਨਹੀਂ ਹਨ ਅਤੇ ਨਾ ਹੀ ਯੋਗ ਸਹੂਲਤ ਦੀ ਪ੍ਰਦਾਨ ਕੀਤੀ ਜਾਂਦੀ ਹਨ ਸਕੂਲ ਵੱਲੋਂ ਇਹਨਾਂ ਖੇਡਾਂ ਨੂੰ ਖਡਾਉਣ ਲਈ ਸਿਰਫ ਇੱਕ ਹੀ ਪੀਟੀ ਮਾਸਟਰ ਰੱਖਿਆ ਗਿਆ ਹੈ ਕਲਾ ਇੱਕ ਬੰਦਾ ਸਾਰੇ ਖੇਡਾਂ ਨੂੰ ਖੇਡਣ ਲਈ ਕਿਵੇਂ ਯੋਗ ਸਿੱਧ ਹੋ ਸਕਦਾ ਹੈ ਇਸ ਲਈ ਆਪ ਜੀ ਅੱਗੇ ਬੇਨਤੀ ਹੈ ਕਿ ਸਾਰੀਆਂ ਖੇਡਾਂ ਨੂੰ ਸਚਜਜ ਢੰਗ ਨਾਲ ਚਲਾਉਣ ਲਈ ਦੋ ਹੋਰ ਕੋਚਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਖੇਡਾਂ ਦੀ ਦੇਖਭਾਲ ਦਾ ਕੰਮ ਠੀਕ ਤਰ੍ਹਾਂ ਹੋ ਸਕੇ ਇਹਨਾਂ ਦੇ ਇੰਨਾ ਹੀ ਨਹੀਂ ਸਗੋ ਖਿਡਾਰੀਆਂ ਨੂੰ ਸਕੂਲ ਵੱਲੋਂ ਵਜੀਫੇ ਵੀ ਦਿੱਤੇ ਜਾਣ ਜਾਣਾ ਤੇ ਉਹਨਾਂ ਦੀ ਫੀਸ ਮਾਫ ਕੀਤੀ ਜਾਵੇ ਚੰਗੇ ਖਿਡਾਰੀਆਂ ਨੂੰ ਵਰਦੀ ਅਤੇ ਵੋਟਾਂ ਦੀ ਸਹੂਲਤ ਵੀ ਦਿੱਤੀ ਜਾਵੇ ਅਤੇ ਕਿਤਾਬਾਂ ਦਾ ਪ੍ਰਬੰਧ ਕੀਤਾ ਜਾਵੇ ਮੈਨੂੰ ਆਸ ਹੈ ਕਿ ਮੇਰੀ ਬੇਨਤੀ ਪ੍ਰਵਾਨ ਕਰ ਕੀਤੀ ਜਾਵੇਗੀ ਅੰਗਾਉ ਧੰਨਵਾਦ ਆਪਜੀ ਦਾ ਅਗਗਰੀ ਤੁਹਾਡਾ ਨਾਮ ਤੇ ਇੱਧਰ ਤੁਹਾਡੀ ਜਿਸ ਦਿਨ ਤੋਂ ਤੁਸੀਂ ਐਪਲੀਕੇਸ਼ਨ ਲਿਖੋਗੇ ਉਸ ਦਿਨ ਦੀ ਤੁਹਾਡੀ ਤਰੀਕ ਜੇਬ ਤੁਸੀਂ ਇਹ ਵਾਲੀ ਕਰ ਸਕਦੇ ਹੋ ਆਪਣੇ ਗੁੜੇ ਮਿੱਤਰ ਸੇ ਲਿونی ਚਿੱਠੀ ਲਿਖੋ ਕਿ ਉਹ ਪੜ੍ਹਾਈ ਅਤੇ ਖੇਡਾਂ ਵਿੱਚ ਬਰਾਬਰ ਦਿਲਚਸਪੀ ਲਵੇ ਹਾਂਜੀ ਤੁਸੀਂ ਇਹਨੂੰ ਵੀ ਪੜ੍ਹ ਸਕਦੇ ਵੀਡੀਓ ਨੂੰ ਪੋਸਟ ਕਰਕੇ ਜਿਵੇਂ ਕੀ ਹੋਣ ਵਾਲੀ ਹੈ ਤੁਹਾਡੀ ਇਹ ਵੀ ਵੈਰੀ ਵੈਰੀ ਇੰਪੋਰਟੈਂਟ ਹੈ ਦੋਸਤੋ ਇਹਨੂੰ ਵੀ ਜ਼ਰੂਰ ਯਾਦ ਕਰਕੇ ਜਾਣਾ ਜਿਹੜੇ ਅਸੀਂ ਕਰਾ ਰਹੇ ਹਾਂ ਸਾਰਾ ਪੇਪਰ ਤੁਸੀਂ ਯਾਦ ਜ਼ਰੂਰ ਕਰ ਲੈਣਾ ਹਾਂਜੀ ਇੱਕ ਵਾਰ ਤੁਹਾਨੂੰ ਫੇਰ ਕਹਿ ਰਿਹਾ ਤੁਸੀਂ ਇੱਕ ਵਾਰ ਸਾਰਾ ਪੇਪਰ ਯਾਦ ਕਰਕੇ ਜਾਣਾ ਜੋ ਕਿ ਅਸੀਂ ਇਹ ਵੀਡੀਓ ਦੇ ਵਿੱਚ ਕਰਾਇਆ ਹੈ ਅਤੇ ਇੱਕ ਹੋਰ ਆਪਾਂ ਸੈਂਪਲ ਪੇਪਰ ਪੰਪ ਅਪਲੋਡ ਕਰਾਂਗੇ ਤੁਸੀਂ ਆਓ ਵੀ ਜਾ ਕੇ ਜਦ ਵੀ ਕਦੇ ਵੀ ਕਰ ਸਕਦੇ ਆਪਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਤੇ ਕਲਿੱਕ ਕਰਕੇ ਰੱਖੋ ਹਾਂਜੀ ਅੱਗੇ ਆ ਜੀ ਦੋਸਤੋ ਚੌਥਾ ਕੁਸਚਨ ਹੈ ਹਿੱਟ ਲਿਕੇ ਪੈਰੇ ਦੀ ਸੰਖੇਪ ਰਚਨਾ ਕਰੋ ਤੇ ਟੁਕਮਾ ਸਿਰਲੇਖ ਵੀ ਦਿਓ ਹਾਂਜੀ ਜਿਵੇਂ ਕਿ ਤੁਹਾਨੂੰ ਦੋਸਤੋ ਇਸ ਤਰ੍ਹਾਂ ਦਾ ਪੈਰੇ ਦਿੱਤਾ ਹੋਇਆ ਤੁਸੀਂ ਇਸ ਤਰ੍ਹਾਂ ਦਾ ਪੈਰੇ ਦਿੱਤਾ ਹੋਊਗਾ ਉਹਦਾ ਸਿਰਲੇਖ ਦੇ ਲਿਖਣਾ ਹੈ ਦੋਸਤੋ ਅਸੀਂ ਜਿਵੇਂ ਕਿ ਇਹ ਸਿਰਲੇਖ ਦੇਸ਼ ਦਾ ਸਭਿਆਚਾਰਿਕ ਸੰਗਠਨ ਜਾਂ ਰਾਸ਼ਟਰੀ ਇਕਤਾ ਯਾਨੀ ਕਿ ਇਸ ਵਿੱਚ ਕਿਸ ਦਾ ਲੇਖ ਹੈ ਜਿਵੇਂ ਕਿ ਕਿਸ ਗੁਰੂ ਨਾਨਕ ਦੇਵ ਜੀ ਦਾ ਪੈਰੇ ਦਿੱਤਾ ਹੈ ਸਾਨੂੰ ਤੇ ਉਪਰ ਵਿੱਚ ਗੁਰੂ ਨਾਨਕ ਦੇਵ ਜੀ ਲਿਖਿਆ ਹੋਇਆ ਸੀ ਹੋਰ ਦੱਸਣਾ ਆਪਾਂ ਨੇ ਕੀ ਲਿਖਿਆ ਹੋਇਆ ਹੈ ਜਿਵੇਂ ਇਹਦੇ ਵਿੱਚ 21 ਦਾ ਪੈਰਾ ਹੈ ਤੁਸੀਂ ਇਹ ਦੱਸਣਾ ਹੋਵੇਗਾ ਤੇ ਸੰਖੇਪ ਰਚਨਾ ਦੋਸਤ ਇਸ ਤਰ੍ਹਾਂ ਚੁਗੀ ਭਾਰਤ ਜੇ ਵਿਸਾਲ ਦੇਸ਼ ਨੂੰ ਉन्नत ਰਾਸ਼ਟਰ ਬਣਾਉਣ ਲਈ ਸਾਨੂੰ ਇੱਕ ਮੋਟਰ ਹੋਣਾ ਹੋਣ ਦੀ ਲੋੜ ਹੈ ਇਸ ਲਈ ਸਾਨੂੰ ਵਿਦੇਸ਼ੀ ਭਾਸ਼ਾਵਾਂ ਦੇ ਮੁਕਾਬਲੇ ਆਪਣੇ ਦੇਸ਼ ਦੀਆਂ ਭਾਸ਼ਾਵਾਂ ਵੱਲ ਰੁਚਿਤ ਹੋਣਾ ਚਾਹੀਦਾ ਹੈ ਇਹਨਾਂ ਭਾਸ਼ਾਵਾਂ ਦੇ ਸਹਿਤਾ ਦੇ ਨਾਲ ਸਾਨੂੰ ਆਪਣੇ ਹੋਰ ਦੇਸ਼ ਵਾਸੀਆਂ ਦੇ ਰਹਿਣ ਸਹਿਣ ਆਦਿ ਬਾਰੇ ਜਾਣਕਾਰੀ ਹਸਲ ਹੋਵੇਗੀ ਹਾਂਜੀ ਇਸ ਤਰ੍ਹਾਂ ਤੁਹਾਡਾ ਸੰਖੇਪ ਰਚਨਾ ਆ ਜੂਗੀ ਅੱਗੇ ਆ ਜੀ ਦੋਸਤੋ ਹੈਟਾ ਦਿੱਤੇ ਪੈਰੇ ਨੇ ਧਿਆਨ ਨਾਲ ਪੜੋ ਤੇ ਦਿੱਤੇ ਹੋਏ ਪ੍ਰਸ਼ਨਾਂ ਦੇ ਉੱਤਰ ਦਿਓ ਹਾਂਜੀ ਇਸ ਤਰ੍ਹਾਂ ਪੈਰੇ ਦਿੱਤਾ ਹੋਇਆ ਤੁਹਾਨੂੰ ਉੱਤਰ ਦੇਣਿਆ ਨੇ ਦੋਸਤੋ ਤੁਸੀਂ ਤੁਸੀਂ ਹੈ ਜਿਵੇਂ ਕਿ ਪ੍ਰਸ਼ਨ ਨੰਬਰ 1 ਆ ਜੂਗਾ ਕਿਹੜੇ ਸਰੀਰ ਵਿੱਚ ਬਰਕਤ ਤੇ ਰੌਣਕ ਹੁੰਦੀ ਹੈ ਤੇ ਉੱਤਰ ਦੋਸਤੋ ਇਸ ਤਰ੍ਹਾਂ ਆ ਜੂਗਾ ਜਿਹੜੇ ਸਰੀਰ ਨੇ ਕਦੇ ਖੇਚਲ ਮਿਹਨਤ ਤੇ ਕਸ਼ਟ ਦਾ ਮੂੰਹ ਨਹੀਂ ਵੇਖਿਆ ਹੁੰਦਾ ਇਹ ਤੁਸੀਂ ਪੈਰੇ ਦੇ ਵਿੱਚ ਹੀ ਪੜ੍ਹ ਕੇ ਲਿਖਨੇ ਹੈ ਨਾ ਅੱਗੇ ਜੋ ਸਰੀਰ ਦੇ ਗੁਣ ਨੂੰ ਅਕਾਰਤਕ ਕਿਵੇਂ ਗਵਾਇਆ ਜਾਂਦਾ ਹੈ ਉਤਤ ਜਸਤ ਇਸ ਤਰ੍ਹਾਂ ਜੂ ਜਦੋਂ ਕੰਮ ਕਰਨ ਲਈ ਬਣੇ ਸਰੀਰ ਤੋਂ ਕੰਮਾ ਨਹੀਂ ਲਿਆ ਜਾਂਦਾ ਅੱਗੇ ਆਜੂਕ ਨਤੀਜਾ ਕੋਸ਼ਨ ਹੈ ਹਨ ਲੇਖਕ ਨੇ ਕਸਰਤ ਨੂੰ ਬੇਲਾ ਕੰਮ ਕਿਉਂ ਆਖਿਆ ਹੈ ਕਸਰਤ ਕਰਨ ਵਿੱਚ ਜੋਰ ਤੇ ਸਮਾਂ ਲੱਗਦਾ ਹੈ ਪਰ ਇਸ ਨਾਲ ਕੋਈ ਉਪਜ ਨਹੀਂ ਹੁੰਦੀ ਹਾਂਜੀ ਇਸ ਤਰ੍ਹਾਂ ਜੂ ਤੁਹਾਡਾ ਤੇ ਅੱਗੇ ਆਜੂ ਆ ਹੇਟਲੀ ਦੇ ਭਾਵ ਰਨੂ ਕਿਚੋਂ ਚਾਰਾਂ ਨੂੰ ਵਾਕਾਂ ਵਿੱਚ ਇਸ ਤਰ੍ਹਾਂ ਵਰਤੋ ਕਿ ਅਰਥ ਸਪਸ਼ਟ ਹੋ ਜਾਣਾ ਹਾਂਜੀ ਇਸ ਤਰ੍ਹਾਂ ਤੁਹਾਡੇ ਜੋ ਕਿ ਇਹ ਪੈ ਅੱਠ ਦਿੱਤੇ ਹੋਣਗੇ ਤੁਸੀਂ ਆ ਤਾਨੂੰ ਤੇ ਚਾਰ ਬਾਹ ਕਰਨੇ ਹਨ ਤੁਸੀਂ ਅੰਕਲ ਅਕਲ ਗਿੱਟੇ ਵਿੱਚ ਹੋਣੀ ਮੂਰਖ ਹੋਣਾ ਹਾਂਜੀ ਅੱਖਾਂ ਦਿਖਾਉਣਾ ਡਰਾਉਣਾ ਇੱਟ ਨਾਲ ਇਟ ਖੜਕਾਉਣਾ ਤਬਾਹ ਕਰਨਾ ਇੱਟ ਕੁੱਤੇ ਦਾ ਵੈਰ ਹੋਣਾ ਸੁਭਾਵਿਕ ਵੈਰ ਹੋਣਾ ਈਨ ਮੰਨਣਾ ਅਧੀਨ ਹੋਣਾ ਸਵਰ ਦਾ ਕੁੱਟ ਪਰਣਾ ਹੌਸਲੇ ਹੌਸਲੇ ਰੱਖਣ ਨਾਲ ਬਰਦਾਸ਼ਤ ਕਰਨਾ ਸਿਰੋ ਨੰਗੀ ਹੋਣਾ ਵਿਦਵਾ ਹੋਣਾ ਹੱਥਾਂ ਦੇ ਤੋਤੇ ਉਡਣੇ ਭਰਾ ਆ ਜਾਣ ਹਾਂਜੀ ਇਹਨਾਂ ਦੇ ਜੜਕੀ ਅਰਥ ਨੂੰ ਤੁਹਾਨੂੰ ਕਰਾ ਦੇਣ ਤੇ ਇਹਨਾਂ ਤੇ ਇਹਨਾਂ ਦੇ ਬਾਗ ਤੁਸੀਂ ਬਣਾ ਸਕਦੇ ਹੋ ਤੇ ਅੱਗੇ ਆ ਜੂ ਆ ਵਿਸਰਾਮ ਚਿੰਨ ਲਾ ਕੇ ਦੁਬਾਰਾ ਲਿਖੋ ਹਾਂਜੀ ਵਿਸਰਾਮ ਚਿੰਨ ਲਾ ਕੇ ਦੁਬਾਰਾ ਲਿਖਣੇ ਹਨ ਜਿਵੇਂ ਕਿ ਪੇਜ ਦੇ ਵਿੱਚ ਕੋਈ ਵੀ ਵਿਸਰਾਮ ਚਿੰਨ ਨਹੀਂ ਲਿਖਿਆ ਹੋਇਆ ਇਹ ਲਾਈਨਾਂ ਦਿੱਤੀਆਂ ਹਨ ਇਸ ਤਰ੍ਹਾਂ ਤੁਹਾਡੇ ਵਿਸਰਾਮ ਚਿੰਨ ਲੱਗ ਜਾਣਗੇ ਤੁਸੀਂ ਵੀਡੀਓ ਨੂੰ ਪੋਸਟ ਕਰਕੇ ਕਿੱਥੇ ਕਿੱਥੇ ਲੱਗੇ ਹੋਏ ਨੇ ਜਿਵੇਂ ਕਿ ਚੰਡੀਗੜ੍ਹ ਤੇ ਲੱਗਾ ਹੋਇਆ ਤੇ ਹੈ ਤੇ ਲੱਗੇ ਹੋਇਆ ਹੈ ਫਿਰ ਤੁਹਾਡਾ ਆ ਜੂਆ ਇਸ ਤਰ੍ਹਾਂ ਡੰਡੀਆਂ ਵੀ ਲੱਗ ਜਾਣਗੀਆਂ ਤਾਂ ਹੁਣ ਉਸ ਤੋਂ ਅਤੇ ਅ ਪਿਆਰ ਦੀ ਵੰਤ ਤੋਂ ਪਹਿਲਾਂ ਸਾਡੀ ਰਾਜਧਾਨੀ ਕਿਹੜੀ ਸੀ ਹਾਂਜੀ ਤੇ ਕੁਐਸਚਨ ਮਾਰਕਸ ਆ ਜਾਊਗਾ ਤੇ ਇਹ ਤੇ ਉਹ ਲੱਗ ਜਾਣਗੇ ਤੇ ਸੁੰਦਰ ਤੋਂ ਇਸ ਤਰ੍ਹਾਂ ਤੁਹਾਡੀ ਜਿਹੜੀ ਕਿ ਵਿਸਰਾਂਵ ਚ ਲੱਗ ਜਾਣਗੇ ਤੁਸੀਂ ਵੀਡੀਓ ਨੂੰ ਪੋਸਟ ਕਰਕੇ ਇੱਕ ਵਾਰ ਇਹਨੂੰ ਜ਼ਰੂਰ ਦੇਖ ਲੈਣਾ ਅੱਗੇ ਆ ਜੀ ਵਿਆਕਰਨ ਦੇ ਮੁੱਖ ਅੰਗ ਕਿਹੜੇ ਹਨ ਹਾਂਜੀ ਤੁਨੀ ਸਬਦ ਵਾਕਬੋਧ ਤੇ ਅਰਥ ਭਾਸ਼ਾ ਕਿਨੂੰ ਕਹਿੰਦੇ ਹਨ ਦੋਸਤੋ ਭਾਸ਼ਾ ਨੂੰ ਪ੍ਰਗਟਾਉਣ ਲਈ ਭਾਸ਼ਾ ਹੀ ਸਭ ਤੋਂ ਵੱਧ ਸਫਲ ਸਾਧਨਾ ਹੈ ਹਾਂਜੀ ਤੁਨੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਨੇ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ ਨਾ ਲਿਪੀ ਕੀ ਹੁੰਦੀ ਹੈ ਦੋਸਤੋ ਪਾਸਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਵਰਤੇ ਜਾਣ ਵਰਤੇ ਜਾਂਦੇ ਚਿੰਨ੍ਹਾਂ ਨੂੰ ਮਿਲਾ ਕੇ ਲਿਪੀ ਬਣਦੀ ਹੈ ਹਾਂਜੀ ਜਾਂ ਫਿਰ ਤੁਸੀਂ ਕਿਸੇ ਭਾਸ਼ਾ ਵਿੱਚੋਂ ਬਿਛਲੇ ਬੋਲਣ ਨੂੰ ਲਿਖਤ ਵਿੱਚ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ ਹਾਂਜੀ ਇਸ ਤਰ੍ਹਾਂ ਤੁਹਾਡਾ ਆਨਸਰ ਹੋ ਜੂਗਾ ਜਾਂ ਫਿਰ ਤੁਸੀਂ ਉੱਪਰਲੇ ਵਾਲਾ ਆਨਸਰ ਇਸ ਤਰ੍ਹਾਂ ਲਿਖ ਸਕਦੇ ਹੋ ਜਾਂ ਫਿਰ ਇਸ ਤਰ੍ਹਾਂ ਵੀ ਲਿਖ ਸਕਦੇ ਹੋ ਤੇ ਅੱਗੇ ਆ ਜੂਆ ਦੂਜਾ ਕੁਐਸਚਨ ਕਿਹੜੀ ਸਵਰ ਧੁਨੀਆਂ ਦਾ ਕੋਈ ਚਿੰਨ੍ਹ ਨਹੀਂ ਹੁੰਦਾ ਮੁਕਤਾ ਦੋਸਤੋ ਮੁਕਤਾ ਕੋਈ ਸਵਾਰਣ ਧੁਨੀ ਦਾ ਚਿੰਨ ਨਹੀਂ ਹੁੰਦਾ ਤੇ ਪਰਨਾਮ ਕੀ ਹੁੰਦਾ ਇਸ ਦੀ ਪ੍ਰਭਾਸ਼ਾ ਜੋ ਜਿਹੜਾ ਸ਼ਬਦ ਕਿਸੇ ਨਾਮ ਦੀ ਥਾਂ ਤੇ ਵਰਤੇ ਜਾਵੇ ਉਸ ਨੂੰ ਪਰਨਾਮ ਆਖਦੇ ਹਨ ਜਿਵੇਂ ਮੈਂ ਤੂੰ ਉਹ ਵਿਸ਼ੇਸ਼ਣ ਕੀ ਹੁੰਦਾ ਹੈ ਦੋਸਤੋ ਇਸ ਦੀ ਪ੍ਰਭਾਸ਼ਾ ਦੇਣੀ ਹੈ ਜਿਹੜਾ ਸ਼ਬਦ ਕਿਸੇ ਨਾਮ ਜਾਂ ਪਰਨਾਮ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰੇ ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਕਾਲਾ ਗੋਰਾ ਠਾਰਾ ਸੌ ਮੋਟਾ ਦੀ ਅੱਗੇ ਆ ਜੀ ਇਹ ਲਿਖਣ ਲਈ ਵਾਕ ਵਾਕ ਨੂੰ ਵਚਨ ਬਦਲ ਕੇ ਲਿੰਗ ਬਦਲ ਕੇ ਵੱਖਰੇ ਵੱਖਰੇ ਵਾਕ ਵਿੱਚ ਲਿਖੋ ਕੁੜੀਆਂ ਛੋਟੀਆਂ ਕੁੜੀਆਂ ਖੇਡਦੀਆਂ ਹਨ ਜਿਵੇਂ ਕਿ ਲਿੰਗ ਬਦਲ ਆ ਜੂਗਾ ਛੋਟੇ ਮੁੰਡੇ ਖੇਡਦੇ ਹਨ ਅ ਵਚਨ ਬਦਲ ਆ ਜੂਗਾ ਛੋਟੀ ਕੁੜੀ ਖੇਡਦੀ ਹੈ ਹਾਂ ਜੀ ਫਿਰ ਲਈਏ ਵਾਕਾਂ ਨੂੰ ਭੂਤਕਾਲ ਤੇ ਵਰਤਮਾਨ ਕਾਲ ਵਿੱਚ ਬਦਲ ਕੇ ਵੱਖਰੋ ਵੱਖਰੋ ਵੱਖਰੇ ਲਿਖੋ ਪ੍ਰਿੰਸੀਪਲ ਸਾਹਿਬ ਭਾਸ਼ਣ ਦੇ ਰਹੇ ਹੋਣਗੇ ਪ੍ਰਿੰਸੀਪਲ ਸਾਹਿਬ ਭਾਸ਼ਣ ਦੇ ਰਹੇ ਸਨ ਭੂਤਕਾਲ ਆ ਜੀ ਤੁਹਾਡਾ ਤੇ ਪ੍ਰਿੰਸੀਪਲ ਸਾਇਪ ਭਾਸ਼ਣ ਦੇ ਰਹੇ ਹਨ ਵਰਤਮਾਨ ਕਾਲ ਤੇ ਅੱਗੇ ਆ ਜੂ ਵੇਖ ਲਿਖੇ ਸਦਾਂ ਸ਼ਬਦਾਂ ਦੇ ਵੱਖ-ਵੱਖ ਅਰਥ ਸਪਸ਼ਟ ਕਰਦੇ ਹੋਏ ਉਹਨਾਂ ਨੂੰ ਵਾਕਾਂ ਵਿੱਚ ਵਰਤੂ ਅੱਕ ਦਾ ਜੋ ਆ ਜਿਵੇਂ ਕਿ ਥਕਣਾ ਅੱਜ ਮੈਂ ਪੜ ਪੜ ਕੇ ਅੱਕ ਗਿਆ ਹਾਂ ਤੰਗ ਆਉਣਾ ਅੱਕ ਤੇ ਆਪਾਂ ਵਕ ਜਿਵੇਂ ਕਿ ਕਿੰਨੇ ਅਰਥ ਹੋ ਸਕਦੇ ਨੇ ਅੱਕ ਦੇ ਥਕਣਾ ਵੀ ਹੋ ਸਕਦਾ ਤੰਗ ਆਉਣਾ ਤੇ ਇੱਕ ਪੌਦਾ ਵੀ ਹੋ ਸਕਦਾ ਪੌਦੇ ਦਾ ਨਾਮ ਵੀ ਅੱਕ ਆ ਤੇ ਤੰਗ ਆਉਣਾ ਵੀ ਲਿਖ ਸਕਦੇ ਆ ਆਪਾਂ ਥੱਕ ਗਏ ਆ ਵੀ ਉਹ ਵੀ ਲਿਖ ਸਕਦੇ ਆ ਜਿਵੇਂ ਕਿ ਤਾਲ ਤੰਗ ਆਉਣਾ ਦਾ ਲਿਖ ਸਕਦੇ ਆ ਅਸੀਂ ਹਰ ਰੋਜ ਹਰਮੀਤ ਦੀਆਂ ਗੱਲਾਂ ਸੁਣ ਸੁਣ ਕੇ ਅੱਕ ਗਏ ਹਾਂ ਅੱਗੇ ਆਇਆ ਇੱਕ ਪੌਦਾ ਸਾਵਨਾ ਵਣ ਹਰਿਆਵਲੇ ਅੱਕ ਜਮੇ ਔੜੀ ਹਾਂਜੀ ਜਿਵੇਂ ਕਿ ਇਹ ਪੌਦੇ ਦਾ ਨਾਮ ਹੈ ਅੱਕਾ ਉਪਕਾਰ ਸ਼ਬਦ ਦੇ ਸਮਾਨਾਰਥਕ ਸ਼ਬਦ ਲਿਖੋ ਉਪਕਾਰ ਦਾ ਜੇ ਦੋਸਤੋ ਸਮਾਨਾਰਥਕ ਮੈਂ ਤਲਾਈ ਨੇਕੀ ਮਿਹਰਬਾਨੀ ਤੇ ਇਹਿਸਾਨ ਬਹੁਤ ਹੀ ਸਵਾਲਾਂ ਦੀ ਥਾਂ ਤੇ ਇੱਕ ਸ਼ਬਦ ਲਿਖੋ ਜਿਹੜਾ ਕਦੇ ਨਾ ਥਕੇ ਅਨਥਕਾ ਹਾਂਜੀ ਜੀ ਮੈਂ ਕਿਹਾ ਤੁਹਾਨੂੰ ਪੂਰਾ ਸਿੰਪਲ ਪੇਪਰ ਜਿਹੜਾ ਕੀ ਸੋਲਵ ਕਰਾ ਚੁੱਕਾ ਹਾਂ ਇਸ ਨੂੰ ਜ਼ਰੂਰ ਯਾਦ ਕਰ ਲੈਣਾ ਦੋਸਤੋ ਇੱਕ ਹੋਰ ਆਪਾਂ ਸਿੰਪਲ ਪੇਪਰ ਜਿਹੜਾ ਕੀ ਉਹ ਆਪਾਂ ਅਪਲੋਡ ਕਰਾਂਗੇ ਉਹਨੂੰ ਵੀ ਜ਼ਰੂਰ ਯਾਦ ਕਰ ਲੈਣਾ ਉਹ ਪਿਛਲੇ ਸਾਲ ਦਾ ਹੋਊਗਾ ਉਹਨੇ ਵਿੱਚ ਵੀ ਬਹੁਤ ਸਾਰੇ ਕੁਐਸਚਨ ਨੇ ਤੁਹਾਡੇ ਆ ਸਕਦੇ ਹਨ ਜਿਵੇਂ ਕਿ ਇਹ ਪੇਪਰ ਤੁਹਾਡਾ ਹੋ ਜੂਗਾ ਇਹਨੂੰ ਜ਼ਰੂਰ ਯਾਦ ਕਰ ਲੈਣਾ ਦੋਸਤੋ ਇਹ ਬੈਰੀ ਬੈਰੀ ਇੰਪੋਰਟੈਂਟ ਦਾ ਕੁਐਸਚਨ ਨੂੰ ਮਿਲਾ ਕੇ ਬਣਾਏ ਹੁੰਦੇ ਨੇ ਪੇਪਰਾਂ ਜ਼ਰੂਰ ਇਹਨਾਂ ਨੂੰ ਜਾਇਦ ਕਰ ਲੈਣਾ ਤੇ ਟੈਲੀਗ੍ਰਾਮ ਦਾ ਲਿੰਕ ਸਾਨੂੰ ਤੁਹਾਨੂੰ ਡਿਸਕਸ਼ਨ ਬਾਕਸ ਵਿੱਚ ਦਿੱਤਾ ਹੋਇਆ ਹੈ ਇਸ ਦੀ ਪੀਡੀਐ ਤੁਹਾਨੂੰ ਉਸੇ ਵਿੱਚ ਵੀ ਮਿਲ ਜਾਵੇਗੀ ਤੇ ਚੈਨਲ ਤੇਨੂੰ ਮੇਰੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਆਪਾਂ ਮਿਲਦੇ ਅਗਲੀ ਵੀਡੀਓ ਵਿੱਚ ਧੰਨਵਾਦ